हुण साडे नाल दिल्ली तों बीबी रणजीत कौर जी जुड़ चुके ने, इसत्री अकाली दल दिल्ली दे जो प्रधान ने मुख सेवादार ने, उह साडे नाल जुड़े होए ने। सब तों पहलां फतेह दी सांझ पाउंदे आ जी, वाहिगुरू जी का खालसा वाहिगुरू जी की फतेह। जी वाहिगुरू जी की फतेह। सो तुहाडे वल्लों जिहड़ा इक मंग पत्र जथेदार साहब नूं सौंपिया गया है, ते तुसीं की मंग करदे हो, इह बयान बारे तुहाडे की विचार हैगे आ, जरूर संगत दे नाल सांझे करो जी। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੇਰਾ ਸਾਨੂੰ ਸੀ ਮੰਗ ਪੱਤਰ ਬੀਬੀਆਂ ਨਾਲ ਸਲਾਹ ਕੀਤੀ ਆਪਣੀ ਕੋਰ ਕਮੇਟੀ ਨਾਲ ਬੀਬੀ ਨੇ, ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਹੈ ਦੂਜਿਆਂ ਨੂੰ ਖੁਸ਼ ਕਰਨ ਵਾਸਤੇ, ਇਹਦੇ ਵਾਸਤੇ ਸਾਡੇ ਕੋਲ ਤੇ ਸਭ ਤੋਂ ਸਰਮੋਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਤੇ ਅਸੀਂ ਉੱਥੇ ਲੈਟਰ ਲਿਖੀ ਹੈ ਔਰ ਮੇਲ ਕੀਤੀ ਲੈਟਰ ਉਹਨਾਂ ਨੂੰ, ਉਹਨਾਂ ਨੂੰ ਪੁੱਛਿਆ ਜਾਏ ਕਿ ਉਹਨਾਂ ਨੇ ਐਸਾ ਕਿਉਂ ਬੋਲਿਆ, ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਤਾਂ ਕਿ ਮਜ਼ਾਕ ਉੱਡ ਗਿਆ ਸਾਡਾ ਪਾਲਣ ਵਿੱਚ। ਬਿਲਕੁਲ 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 ਠੀਕ ਹੈ। ਸੋ ਇਸ ਬਿਆਨ ਬਾਰੇ ਕੀ ਕਹਿੰਦੇ ਹੋ ਤੁਸੀਂ, ਬਿਆਨ ਬਾਰੇ ਜੋ ਇਹਨਾਂ ਨੇ ਕਿਹਾ ਕਿ ਅਸੀਂ ਸਿੱਖ ਜਿਹੜੇ ਸਾਰੇ ਹੈਗੇ ਆ ਉਹ ਲਵ ਕੁਸ਼ ਦੀ ਔਲਾਦ ਵੰਸ਼ ਚੋਂ ਨੇ, ਸੋਢੀ ਨੇ, ਬੇਦੀ ਨੇ, ਇਤਿਹਾਸ ਨੂੰ ਬਿਲਕੁਲ ਗਲਤ ਦੱਸਤਾ ਇਹਨਾਂ ਨੇ, ਇਹਨਾਂ ਨੂੰ ਇਸ ਤਰ੍ਹਾਂ ਨਹੀਂ ਦੱਸਣਾ ਚਾਹੀਦਾ। ਇਹਦੇ ਵਾਸਤੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਤਾਂ ਹੀ ਕੰਪਲੇਨ ਕੀਤੀ ਹੈ ਕਿ ਉਹ ਫੈਸਲਾ ਉਹ ਕਰਨਗੇ, ਕਿਉਂਕਿ ਤੁਸੀਂ ਦੇਖੋ ਕਿ ਜਿਹੜੇ ਕਿ ਸਾਬਕਾ ਜਥੇਦਾਰ ਪਟਨਾ ਸਾਹਿਬ 35 ਸਾਲ ਉਹਨਾਂ ਨੇ ਉੱਥੇ ਰਹਿ ਕੇ ਸੇਵਾ ਕੀਤੀ ਹੈ, ਬਿਲਕੁਲ, ਤੇ ਉਹਨਾਂ ਨੂੰ ਇੰਨਾ ਹੀ ਨੀ ਪਤਾ ਕਿ ਉਹਨਾਂ ਨੂੰ ਕੀ ਬੋਲਣਾ ਚਾਹੀਦਾ। ਜੀ ਜੀ, ਜੇ ਕੋਈ ਦੇਖੋ ਨੌਨ ਸਿੱਖ ਬੋਲੇ ਨਾ ਤੇ ਉਹ ਸਮਝ ਆਉਂਦੀ ਹੈ ਕਿ ਉਹਨਾਂ ਨੂੰ ਨਹੀਂ ਪਤਾ ਸਾਡੇ ਇਤਿਹਾਸ ਬਾਰੇ, ਬਿਲਕੁਲ, ਜੇ ਕੋਈ ਆਮ ਬੰਦਾ ਬੋਲੇ ਉਹਨਾਂ ਨੂੰ ਵੀ ਜਦੋਂ ਨਹੀਂ ਪਤਾ ਉਹਨਾਂ ਨੇ ਨਹੀਂ ਪੜਿਆ ਹੋਏਗਾ, ਪਰ ਇਹਨਾਂ ਨੇ ਤੇ 35 ਸਾਲ ਤਖ਼ਤ ਸਾਹਿਬ ਤੇ ਸੇਵਾ ਕੀਤੀ ਹੈ, ਤੇ ਉਸ ਤੋਂ ਬਾਅਦ ਇਹੋ ਜਿਹਾ ਬਿਆਨ ਦੇਣਾ ਹੈ ਤਾਂ ਸਾਡੇ ਸਿੱਖਾਂ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ। ਬਿਲਕੁਲ ਬਿਲਕੁਲ ਜੀ ਬਿਲਕੁਲ। ਤੁਹਾਨੂੰ ਕੀ ਲੱਗਦਾ, ਮੇਰਾ ਅਖੀਰਲਾ ਸਵਾਲ ਇਹ ਹੈਗਾ ਕਿ ਲੱਗਦਾ ਕਿ ਕੋਈ ਤਾਕਤ ਕੰਮ ਕਰ ਰਹੀ ਹੈ ਜਿਹੜੀ ਐਸੇ ਬਿਆਨ ਦਵਾਉਂਦੀ ਹੈ, ਨਹੀਂ ਤੇ ਆਮ ਆਪਾਂ ਕਹੀਏ ਵੀ ਇੱਕ ਆਮ ਸਿੱਖ ਜਿਹੜਾ ਉਹ ਕਦੇ ਵੀ ਇਹ ਗੱਲ ਨਹੀਂ ਜਿਹੜਾ ਕਹਿੰਦਾ, ਪੂਰੀ ਭਾਰਤ ਦੇ ਵਿੱਚ ਵੱਖ ਵੱਖ ਅੰਡਰਸਟੂਡ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਬੋਲਿਆ ਕਿਸੇ ਨੂੰ ਖੁਸ਼ ਕਰਨ ਵਾਸਤੇ ਬੋਲਿਆ ਤੇ ਨਜ਼ਰ ਹੀ ਆ ਰਿਹਾ। ਠੀਕ ਹੈ ਠੀਕ ਹੈ ਠੀਕ ਹੈ। ਆਮ ਸਿੱਖ ਵੀ ਨਹੀਂ ਬੋਲੇਗਾ ਇਸ ਵਾਲੀ ਗੱਲ ਨਾ, ਉਹ ਤੇ ਫਿਰ ਤੁਹਾਡੇ ਸਾਹਮਣੇ ਇੰਨੀ ਅੱਛੀ ਪੋਸਟ ਉੱਪਰ ਆ ਚੁੱਕੇ ਨੇ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਸਾਰੀ ਸਿੱਖ ਕੌਮ ਵੱਲੋਂ ਵੀ ਤੁਹਾਡਾ ਧੰਨਵਾਦ ਕਿ ਤੁਸੀਂ ਮੰਗ ਪੱਤਰ ਦਿੱਤਾ, ਤੇ ਆਸ ਕਰਦੇ ਹਾਂ ਤੁਹਾਡੇ ਵੱਲੋਂ ਵੀ ਕਿ ਤੁਹਾਡੀ ਜਥੇਬੰਦੀ ਉਦੋਂ ਤੱਕ ਚੁੱਪ ਨਹੀਂ ਬੈਠੇਗੀ ਜਦੋਂ ਤੱਕ ਇਸ ਦੇ ਉੱਤੇ ਕਾਰਵਾਈ ਨਹੀਂ ਹੋ ਜਾਂਦੀ। ਸਾਡੀ ਫੈਸਲਾ ਕੀਤਾ ਆਪਣੇ ਕੋਲ ਇਸ ਦੀ ਕਾਲੇ ਚਲਦੇ, ਅਸੀਂ ਮੇਨ 5-7 ਬੀਬੀਆਂ ਨੇ ਬਹਿ ਕੇ ਸਲਾਹ ਕੀਤੀ, ਠੀਕ ਹੈ, ਤੇ ਅਸੀਂ ਇਮੀਡੀਏਟ ਲੈਟਰ ਪਾਈ ਗਿਆ ਉੱਥੇ। ਹਾਂਜੀ, ਬਹੁਤ ਧੰਨਵਾਦ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।